ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਾਈਵ। ਅੱਜ ਦੀਆਂ ਕੁਝ ਖਾਸ ਖਬਰਾਂ। ਦਲਿਤਾਂ ਦੇ ਕਾਤਲਾਂ ਖਿਲਾਫ਼ ਪੁਲਿਸ ਦੀ ਢਿੱਲੀ ਕਾਰਵਾਈ, ਪੀੜਤਾਂ ਨੇ 8 ਦਿਨਾਂ ਬਾਅਦ ਵੀ ਨਹੀਂ ਕੀਤਾ ਸੰਸਕਾਰ। ਸ੍ਰੀ ਮੁਕਤਸਰ ਸਾਹਿਬ 13 ਜੁਲਾਈ ਨੂੰ ਇੱਥੋਂ ਦੇ ਪਿੰਡ ਜਵਾਹਰੇਵਾਲਾ 'ਚ ਦਲਿਤ ਪਤੀ ਪਤਨੀ ਦੇ ਕਤਲ ਦਾ ਇਨਸਾਫ਼ ਲੈਣ ਲਈ ਅਜੇ ਕਈ ਜਥੇਬੰਦੀਆਂ ਨੇ ਧਰਨਾ ਦਿੱਤਾ ਹੋਇਆ ਹੈ। ਕੈਪਟਨ ਹੈਲੀਕਾਪਟਰ ਰਾਹੀਂ ਕਰਨਗੇ ਘੱਗਰ ਪੀੜਿਤ ਇਲਾਕਿਆਂ ਦਾ ਦੌਰਾ। ਘੱਗਰ ਦੇ ਪਹਾੜ ਕਾਰਨ ਸੰਗਰੂਰ ਜ਼ਿਲ੍ਹੇ ਦੀ ਤਹਿਸੀਲ ਮੂਣਕ ਦੇ ਕਈ ਪਿੰਡਾਂ ਅਤੇ ਪਟਿਆਲਾ ਜ਼ਿਲ੍ਹੇ ਦੇ ਤਹਿਸੀਲ ਦੇ ਪਿੰਡ ਬਾਦਸ਼ਾਹਪੁਰ ਵਿਖੇ ਪਾਣੀ ਭਰ ਗਿਆ। ਇਸ ਕਾਰਨ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਪੂਰੀ ਤਰ੍ਹਾਂ ਨਾਲ ਖਰਾਬ ਹੋ ਚੁੱਕੀ ਹੈ। ਕੈਪਟਨ ਸਰਕਾਰ ਦਾ ਪੱਤਰਕਾਰਾਂ ਲਈ ਵੱਡਾ ਫੈਸਲਾ। ਕੈਪਟਨ ਸਰਕਾਰ ਨੇ ਭਾਰਤ ਦੇ ਨਾਗਰਿਕ 60 ਸਾਲ ਤੋਂ ਉੱਪਰ ਅਤੇ ਪੰਜਾਬ ਦੇ ਲੋਕ ਸੰਪਰਕ ਵਿਭਾਗ ਤੋਂ 6 ਵਿੱਚੋਂ ਘੱਟੋ ਘੱਟ 5 ਸਾਲਾਂ ਲਈ ਮਾਨਤਾ ਪ੍ਰਾਪਤ ਪੱਤਰਕਾਰ ਨੂੰ ਪੈਨਸ਼ਨ ਦੇਵੇਗੀ। ਨਕੋਦਰ ਬੇਅਦਬੀ ਕੇਸ 'ਚ ਮੁੜ ਘਿਰੇ ਅਕਾਲੀ ਲੀਡਰ, ਹਾਈਕੋਰਟ ਵੱਲੋਂ ਨੋਟਿਸ ਜਾਰੀ। ਅਦਾਲਤ ਨੇ ਪੰਜਾਬ ਸਰਕਾਰ ਦੇ ਨਾਲ ਦਰਬਾਰ ਸਿੰਘ ਗੁਰੂ, SSP ਮੁਹੰਮਦ ਇਜ਼ਹਾਰ ਆਲਮ ਅਤੇ ਏਕੋ ਸ਼ਰਮਾ ਨੂੰ ਨੋਟਿਸ ਜਾਰੀ ਕੀਤਾ ਹੈ। ਸਾਰਿਆਂ ਧਿਰਾਂ ਮਾਮਲੇ ਦੀ ਅਗਲੀ ਤਾਰੀਖ ਯਾਨੀ 14 ਅਗਸਤ ਤੱਕ ਆਪਣੀ ਸਫਾਈ ਪੇਸ਼ ਕਰਨੀ ਹੈ। ਸਿਆਸੀ ਲਾਹੇ ਲਈ ਹੋ ਰਹੀ ਹੈ ਬੇਅਦਬੀ ਕਾਂਡ ਦੀ ਜਾਂਚ ਬੰਦ, ਅਕਾਲ ਤਖ਼ਤ ਵੱਲੋਂ ਇਕਜੁੱਟ ਹੋਣ ਦਾ ਸੱਦਾ। ਕਾਰਜਕਾਰੀ ਜਥੇਦਾਰ ਨੇ ਦਾਅਵਾ ਕੀਤਾ ਕਿ ਅਗਲੇ ਸਾਲ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਨੇ। ਇਸ ਰਿਪੋਰਟ ਰਾਹੀਂ ਵੋਟਾਂ ਹਾਸਲ ਕਰਨ ਲਈ ਹਰਿਆਣਾ ਸਰਕਾਰ ਡੇਰਾ ਮੁਖੀ ਨੂੰ ਪੈਰੋਲ ਦੇਣਾ ਵੀ ਤਿਆਰੀ ਕਰ ਰਹੀ ਹੈ। ਰੇਲਵੇ ਗਨਮੈਨ ਦੇ ਰਿਹਾ ਸੀ ਪਾਕਿਸਤਾਨ ਨੂੰ ਭੇਤ, ਕੇਸ ਦਰਜ। ਅਟਾਰੀ ਰੇਲਵੇ ਸਟੇਸ਼ਨ 'ਤੇ ਤਾਇਨਾਤ ਰਾਮਕੇਸ਼ਵਰ ਨੇ ਇਲਜ਼ਾਮ ਹੈ ਕਿ ਉਹ ਸੀਮਾ ਸੁਰੱਖਿਆ ਬਲ ਦੀ ਖੁਫੀਆ ਜਾਣਕਾਰੀ ਲੀਕ ਕੀਤੀ ਹੈ। ਉਸ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। 100 ਘੰਟਿਆਂ ਬਾਅਦ ਵੀ ਨਹੀਂ ਪੂਰਿਆ ਗਿਆ ਘੱਗਰ ਦਾ ਪਾੜ, ਹੜ੍ਹਾਂ ਨੇ ਮਚਾਈ ਤਬਾਹੀ। ਪੰਜਾਬ ਹੜ੍ਹਾਂ ਪਿੱਛੇ ਹਰਿਆਣੇ ਦਾ ਹੱਥ ਕੇਂਦਰ ਕੋਲ ਜਾਣਗੇ ਕੈਪਟਨ। ਮੁੱਖ ਮੰਤਰੀ ਦਫ਼ਤਰ ਦੇ ਉੱਚ ਅਧਿਕਾਰੀ ਨੇ ਦੱਸਿਆ ਕਿ ਨਿਕਾਸੀ ਵਿਭਾਗ ਮੁਤਾਬਕ ਉਹ ਕੇਂਦਰੀ ਜਲ ਕਮਿਸ਼ਨ ਨੂੰ ਅਪੀਲ ਕਰਨ, ਜਲਦ ਤੋਂ ਜਲਦ ਮੌਕੇ ਦਾ ਮੁਆਇਨਾ ਕਰਨ ਦੀ ਮੰਗ ਕਰਨਗੇ। ਕੈਪਟਨ ਸਰਕਾਰ ਵੱਲੋਂ ਬਦਲੀਆਂ ਦਾ ਦੌਰ ਜਾਰੀ, ਹੁਣ ਵਿਜੀਲੈਂਸ ਬਿਊਰੋ ਦੇ ਅਫਸਰ ਬਦਲੇ। ਬੀਤੇ ਦਿਨ ਪੁਲਿਸ ਨੇ ਸੀਨੀਅਰ ਪੁਲਿਸ ਕਪਤਾਨਾਂ ਸਮੇਤ STF ਮੁਖੀ ਦੀਆਂ ਬਦਲੀਆਂ ਮਗਰੋਂ ਹੁਣ ਵਿਜੀਲੈਂਸ ਵੀ ਵਾਰੀ ਆ ਗਈ ਹੈ। ਪੰਜਾਬ ਵਿਜੀਲੈਂਸ ਬਿਊਰੋ ਵਿੱਚ ਪੁਲਿਸ ਕਪਤਾਨ ਰੈਂਕ ਦੇ ਅਧਿਕਾਰੀਆਂ ਦੀ ਬਦਲੀ ਕੀਤੀ ਗਈ ਹੈ। ਕਾਰ ਚਲਾਉਣ ਵੇਲੇ ਵੀ ਲਾਉਣਾ ਪਏਗਾ ਹੈਲਮੈਟ, ਨਹੀਂ ਤਾਂ ਲੱਗੇਗਾ ਜੁਰਮਾਨਾ। ਕਟਕ ਦੇ ਇੱਕ ਵਿਦਿਆਰਥੀ ਦੇ ਘਰ ਹੈਲਮੈਟ ਬਗੈਰ ਪਾਈ ਡਰਾਈਵਿੰਗ ਕਰਨ 'ਤੇ ਉਸਦੇ ਘਰ ਜੁਰਮਾਨੇ ਦੀ ਪਰਚੀ ਪਹੁੰਚ ਗਈ। ਇਸ ਗੱਲ 'ਤੇ ਪੂਰੇ ਸੂਬੇ 'ਚ ਲੋਕ ਪ੍ਰਸ਼ਾਸਨ ਦਾ ਮਜ਼ਾਕ ਉਡਾ ਰਹੇ ਹਨ। ਇਸ ਦਾ ਕਾਰਨ ਇਹ ਹੈ ਕਿ ਜਿਸ ਨੰਬਰ ਪਲੇਟ 'ਤੇ ਜੁਰਮਾਨੇ ਦੀ ਸਲਿੱਪ ਆਈ ਹੈ ਉਹ ਇੱਕ ਕਾਰ ਦੀ ਪਰਚੀ ਹੈ।